ਗੁਲਾਬ ਨਾਲ ਬੌਂਦਾ ਕਦੇ ਸਾਡੇ ਤੀਕ ਆਵੇ ਅਸੀਂ ਉਹਦੀ ਇੱਕ ਚੀਜ਼ ਵੀ ਲੁਕਾਈ ਜਾਣ ਕੇ। ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ ਸਾਡੇ ਚੈਨਲ ਵਿੱਚ। ਅਤੇ ਅੱਜ ਜਿਹੜਾ ਅਸੀਂ ਸੌਂਗ ਕਰਨ ਜਾ ਰਹੇ ਹਾਂ ਉਸਦਾ ਨਾਮ ਹੈ ਤਿੱਤਲੀ, ਜਿਹੜਾ ਕਿ ਸਤਿੰਦਰ ਸਰਤਾਜ ਜੀ ਨੇ ਬਖੂਬੀ ਗਾਇਆ ਹੈ। ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸੌਂਗ ਦੀਆਂ ਕੁਛ ਸਤਰਾਂ ਹਾਰਮੋਨੀਅਮ ਉੱਤੇ ਵਜਾ ਕੇ ਸੁਣਾਉਂਦਾ ਹਾਂ। ਉਸ ਤੋਂ ਬਾਅਦ ਆਪਾਂ ਹੌਲੀ ਹੌਲੀ ਸਿੱਖਾਂਗੇ ਕਿ ਇਸ ਸੌਂਗ ਨੂੰ ਤੁਸੀਂ ਹਾਰਮੋਨੀਅਮ ਉੱਤੇ ਕਿਵੇਂ ਵਜਾ ਸਕਦੇ ਹੋ। ਤਾਂ ਸੌਂਗ ਦੀਆਂ ਸਟਾਰਟਿੰਗ ਦੀਆਂ ਕੁਛ ਲਾਈਨਾਂ ਹਨ। ਉਹ ਲੱਭ ਨਾਲ ਪਾਉਂਦਾ ਕਦੇ ਸਾਡੇ ਤੀਕ ਆਵੇ ਅਸੀਂ ਉਹਦੀ ਇੱਕ ਚੀਜ਼ ਵੀ ਲੁਕਾਈ ਜਾਣ ਕੇ। ਕਦੇ ਉਹਨੂੰ ਵੀ ਪਿਆਰ ਵਿੱਚੋਂ ਮਹਿਕ ਜਿਹੀ ਆਵੇ ਅਸੀਂ ਫੁੱਲਾਂ ਉੱਤੇ ਤਿੱਤਲੀ ਬਿਠਾਈ ਜਾਣ ਕੇ। ਤਾਂ ਇਹ ਸੀ ਇਸ ਸੌਂਗ ਦੀ ਸਥਾਈ। ਅਤੇ ਹੁਣ ਆਪਾਂ ਹੌਲੀ ਹੌਲੀ ਫਿੰਗਰ ਨੋਟੇਸ਼ਨ ਨਾਲ ਸਿੱਖਾਂਗੇ ਕਿ ਅਸੀਂ ਇਸ ਸਥਾਈ ਨੂੰ ਹਾਰਮੋਨੀਅਮ ਉੱਤੇ ਕਿਵੇਂ ਵਜਾ ਸਕਦੇ ਹਾਂ। ਤਾਂ ਇਹ ਜਿਹੜਾ ਸੌਂਗ ਹੈ ਇਹ ਬਿਲਾਵਲ ਰਾਗ ਵਿੱਚ ਹੈ ਅਤੇ ਇਹਦੇ ਸਾਰੇ ਸਵਰ ਸ਼ੁੱਧ ਹੋਣਗੇ, ਸਾ ਤੋਂ ਲੈ ਕੇ ਨੀ ਤੱਕ ਸਾਰੇ ਸਵਰ ਨੇ ਜਿਹੜੇ ਇਹ ਸ਼ੁੱਧ ਲੱਗਣਗੇ। ਸਾ ਰੇ ਗਾ ਮਾ ਪਾ ਧਾ ਨੀ, ਇਹ ਸਾਰੇ ਸਵਰ ਸ਼ੁੱਧ ਲੱਗਣਗੇ। ਤਾਂ ਆਪਣੀ ਸਟਾਰਟਿੰਗ ਕਰਨੀ ਹੈ ਸਾ ਤੋਂ। ਤੁਸੀਂ ਆਪਣੀ ਸੁਵਿਧਾ ਅਨੁਸਾਰ ਜਿਹੜਾ ਵੀ ਸਾ ਮੰਨਦੇ ਹੋ ਉਸ ਸਾ ਤੋਂ ਸਟਾਰਟ ਕਰ ਸਕਦੇ ਹੋ। ਉਹ ਲੱਭਦਾ ਲਭਾਉਂਦਾ ਕਦੇ ਸਾਡੇ ਤੀਕ ਆਵੇ। ਦੇਖੋ ਉਹ ਸਾਰੇ ਉਹ ਲੱਭਦਾ ਲਭਾਉਂਦਾ ਉਹ ਲੱਭਦਾ ਲਭਾਉਂਦਾ ਕਦੇ ਸਾਡੇ ਤੀਕ ਆਵੇ ਅਸੀਂ ਉਹਦੀ ਇੱਕ ਚੀਜ਼ ਵੀ ਲੁਕਾਈ ਜਾਣ ਕੇ। ਇਸੇ ਤਰ੍ਹਾਂ ਅਗਲੀ ਪੰਕਤੀ ਜੋ ਕਿ ਮੇਨ ਪੰਕਤੀ ਹੈ। ਕਦੇ ਉਹਨੂੰ ਵੀ ਪਿਆਰ ਵਿੱਚੋਂ ਮਹਿਕ ਜਿਹੀ ਆਵੇ। ਦੁਬਾਰਾ ਦੇਖੋ। ਕਦੇ ਉਹਨੂੰ ਵੀ ਪਿਆਰ ਵਿੱਚੋਂ ਮਹਿਕ ਜਿਹੀ ਆਵੇ ਮਹਿਕ ਜਿਹੀ ਆਵੇ। ਕਦੇ ਉਹਨੂੰ ਵੀ ਪਿਆਰ ਵਿੱਚੋਂ ਮਹਿਕ ਜਿਹੀ ਆਵੇ ਅਸੀਂ ਫੁੱਲਾਂ ਉੱਤੇ ਤਿੱਤਲੀ ਬਿਠਾਈ ਜਾਣ ਕੇ। ਅਸੀਂ ਫੁੱਲਾਂ ਉੱਤੇ ਤਿੱਤਲੀ ਬਿਠਾਈ ਜਾਣ ਕੇ। ਇਹ ਸੀ ਇਸ ਸੌਂਗ ਦੀ ਸਥਾਈ। ਅਤੇ ਹੁਣ ਸੌਂਗ ਦੇ ਅੰਤਰੇ ਵੱਲ ਵੱਧਦੇ ਹਾਂ। ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਜਾਂ ਹੌਲੀ ਕਰਕੇ ਇਸਦੀ ਸਥਾਈ ਨੂੰ ਚੰਗੀ ਤਰ੍ਹਾਂ ਕਰ ਲੈਣਾ। ਤਾਂ ਅੰਤਰੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੁਛ ਲਾਈਨਾਂ ਗਾ ਕੇ ਸੁਣਾਉਂਦਾ ਹਾਂ, ਉਸ ਤੋਂ ਬਾਅਦ ਆਪਾਂ ਹੌਲੀ ਹੌਲੀ ਸਿੱਖਾਂਗੇ ਕਿ ਇਸ ਨੂੰ ਅਸੀਂ ਹਾਰਮੋਨੀਅਮ 'ਤੇ ਕਿਵੇਂ ਵਜਾ ਸਕਦੇ ਹਾਂ। ਤਾਂ ਅੰਤਰੇ ਦੀਆਂ ਲਾਈਨਾਂ ਹਨ। ਜਿਹੜਾ ਪੌੜੀਆਂ ਗੁਲਾਬਾਂ ਤੋਂ ਸੀ ਰਸ ਇਕੱਠਾ ਕੀਤਾ ਉਹ ਕਮਲਾਂ ਦੇ ਪੱਤਿਆਂ 'ਤੇ ਪਾ ਕੇ ਦੇ ਗਏ। ਜਿਹੜਾ ਪੌੜੀਆਂ ਗੁਲਾਬਾਂ ਤੋਂ ਸੀ ਰਸ ਇਕੱਠਾ ਕੀਤਾ ਉਹ ਕਮਲ ਦੇ ਪੱਤਿਆਂ 'ਤੇ ਪਾ ਕੇ ਦੇ ਗਏ। ਸਾਡੇ ਹੌਂਸਲੇ ਨੂੰ ਦੇਖ ਮਧੂ ਮੱਖੀਆਂ ਦੇ ਟੋਲੇ ਰਸ ਆਪਣੇ ਛੱਤਿਆਂ 'ਚੋਂ ਲਾ ਕੇ ਦੇ ਗਏ। ਇਹ ਸੀ ਅੰਤਰੇ ਦੀਆਂ ਲਾਈਨਾਂ। ਅਤੇ ਹੁਣ ਆਪਾਂ ਹੌਲੀ ਹੌਲੀ ਸਿੱਖਾਂਗੇ ਕਿ ਅਸੀਂ ਇਸ ਅੰਤਰੇ ਨੂੰ ਹਾਰਮੋਨੀਅਮ ਉੱਤੇ ਕਿਵੇਂ ਵਜਾਉਣਾ ਹੈ। ਤਾਂ ਆਪਾਂ ਅੰਤਰੇ ਦੀ ਸਟਾਰਟਿੰਗ ਗਾ ਤੋਂ ਕਰਨੀ ਹੈ। ਸਥਾਈ ਦੀ ਸਟਾਰਟਿੰਗ ਸਾ ਤੋਂ ਕਰੀ ਸੀ ਸਾ ਰੇ ਗਾ। ਜਿਹੜਾ ਪੌੜੀਆਂ ਗੁਲਾਬਾਂ ਨੇ ਸੀ ਰਸ ਇਕੱਠਾ ਕੀਤਾ ਜਿਹੜਾ ਪੌੜੀਆਂ ਗੁਲਾਬਾਂ ਨੇ ਸੀ ਰਸ ਇਕੱਠਾ ਕੀਤਾ। ਦੁਬਾਰਾ ਦੇਖੋ। ਉਸ ਤੋਂ ਅੱਗੇ ਉਹ ਕਮਲਾਂ ਦੇ ਪੱਤਿਆਂ 'ਤੇ ਪਾ ਕੇ ਦੇ ਗਏ।
ਵਾਲੀ ਪੰਕਤੀ ਸਾਡੇ ਹੌਸਲੇ ਨੂੰ ਦੇਖ ਸਾਡੇ ਹੌਸਲੇ ਨੂੰ ਦੇਖ ਮਧੂ ਮੱਖੀਆਂ ਦੇ ਟੋਲੇ ਮਧੂ ਮੱਖੀਆਂ ਦੇ ਟੋਲੇ ਰਸ ਆਪਣਿਆਂ ਛੱਤਿਆਂ ਚੋਂ ਲਾ ਕੇ ਦੇ ਗਏ ਰਸ ਆਪਣਿਆਂ ਛੱਤਿਆਂ ਚੋਂ ਲਾ ਕੇ ਦੇ ਗਏ ਦੁਬਾਰਾ ਦੇਖੋ ਜਿਹੜਾ ਪੌਰਿਆਂ ਗੁਲਾਬਾਂ ਨੇ ਸੀ ਰਸ ਇਕੱਠਾ ਕੀਤਾ ਉਹ ਕਮਲ ਦੇ ਪੱਤਿਆਂ 'ਤੇ ਪਾ ਕੇ ਦੇ ਗਏ ਸਾਡੇ ਹੌਸਲੇ ਨੂੰ ਦੇਖ ਮਧੂ ਮੱਖੀਆਂ ਦੇ ਟੋਲੇ ਰਸ ਆਪਣਿਆਂ ਛੱਤਿਆਂ ਚੋਂ ਲਾ ਕੇ ਦੇ ਗਏ ਇਸ ਤੋਂ ਬਾਅਦ ਸਥਾਈ ਵਾਲੀ ਪੰਕਤੀ ਦੁਬਾਰਾ ਆ ਜਾਵੇਗੀ ਅਸੀਂ ਰਸਲ ਅਤੇ ਸ਼ਹਿਦ ਵਾਲੇ ਸ਼ਬਦ ਮਿਲਾ ਕੇ ਅਸੀਂ ਰਸਲ ਅਤੇ ਸ਼ਹਿਦ ਵਾਲੇ ਸ਼ਬਦ ਮਿਲਾ ਕੇ ਸੁੱਚੇ ਇਸ਼ਕ ਦੀ ਚਾਸਣੀ ਬਣਾਈ ਜਾਣ ਕੇ ਸ਼ਾਇਦ ਉਹਨੂੰ ਵੀ ਪਿਆਰ ਵਿੱਚੋਂ ਮਹਿਕ ਜਿਹੀ ਆਵੇ ਅਸੀਂ ਫੁੱਲਾਂ ਉੱਤੇ ਤਿੱਤਲੀ ਬਿਠਾਈ ਜਾਣ ਕੇ ਤਾਂ ਇਹ ਸੀ ਜੀ ਸੌਂਗ ਤਿੱਤਲੀ ਤੁਸੀਂ ਪੂਰੀ ਵੀਡੀਓ ਨੂੰ ਧਿਆਨ ਨਾਲ ਦੇਖਣਾ ਅਤੇ ਹੌਲੀ ਹੌਲੀ ਸਿੱਖਣਾ ਕਿ ਅਸੀਂ ਇਸਦੇ ਸਥਾਈ ਅਤੇ ਅੰਤਰੇ ਨੂੰ ਹਾਰਮੋਨੀਅਮ ਉੱਤੇ ਕਿਵੇਂ ਵਜਾਉਣਾ ਹੈ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਆਪਣੇ ਦੋਸਤਾਂ ਦੇ ਨਾਲ ਵੀ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਧੰਨਵਾਦ